ਅੱਜ ਤੁਹਾਨੂੰ ਐਸੀ ਚੀਜ਼ ਦਿਖਾਉਣਾ ਤੁਸੀਂ ਹੱਸ ਕਾਮਲੇ ਹੋ ਜਾਓਗੇ। ਬੇਬੇ ਨੂੰ ਦਾਜ 'ਚ ਸਾਈਕਲ ਮਿਲਿਆ ਸੀਗਾ ਪਰ ਉਹਦੇ ਟੱਲੀ ਨਹੀਂ ਲੱਗੀ ਹੋਈ ਸੀਗੀ। ਬਾਪੂ ਹੋਰਾਂ ਨੇ ਉਹ ਤੋਂ ਵੀ ਸਕੰਜਾ ਕਿਸੇ ਰੱਖਿਆ ਸੀ। ਬੇਬੇ ਸੱਚੀ ਗੱਲ? ਹਾਂ ਸੱਚੀ ਗੱਲ ਬੇਟੇ। ਅੱਛਾ ਹੋਇਆ ਕੀ ਸੀ, ਵਾਕਾ ਕੀ ਹੋਇਆ ਸੀ? ਹੈਂ ਵਾਕਾ ਤਾਂ ਹੀ ਹੋਇਆ ਤਾਂ ਬੇਟੇ ਵੀ ਟੱਲੀ ਖਾਤੇ ਨਹੀਂ ਦਵਾਈ, ਅਸੀਂ ਆਵਾਜ਼ਾਂ ਮਾਰਾਂਗੇ ਮੂਹਰੇ ਜਾਂਦੇ ਨੂੰ, ਜੇ ਸਾਡਾ ਮੂਹਰੇ ਬੰਦਾ ਆਜੂਗਾ ਫਿਰ ਅਸੀਂ ਆਵਾਜ਼ ਮਾਰ ਕੇ ਪਾਸੇ ਕਰੂੰਗੇ। ਅੱਛਾ ਜੇ ਟੱਲੀ ਨਹੀਂ, ਟੱਲੀ ਉਹ ਨਹੀਂ ਫਿਰ ਆਵਾਜ਼ ਹੀ ਮਾਰੂੰਗੇ। ਟੱਲੀ ਵਿੱਚ ਲੜ ਪਏ ਬਾਪੂ ਹੋਰਾਂ, ਟੱਲੀ ਵਿੱਚ ਲੜ ਪਏ। ਉਹ ਤਾਂ ਬਹੁਤਾ ਹੀ ਸਕਦਾ। ਅੱਛਾ ਉਹ ਕਹਿੰਦਾ ਮੈਂ ਤੁਹਾਡੇ ਖਾਤਰ, ਮੈਂ ਦੂਜੀ ਸ਼ਾਦੀ ਨਹੀਂ ਕਰਾਈ, ਤੁਹਾਡੇ ਖਾਤਰ ਮੈਂ ਸਭ ਕੁਛ ਸਾਂਭ ਕੇ ਰੱਖੀ, ਜਾਇਦਾਦ ਸਾਂਭ ਕੇ ਰੱਖੀ। ਨਹੀਂ ਲੈ ਕੇ ਜਾਂਦੇ ਤੇ ਬੇਟੇ ਸਾਨੂੰ ਬਰਾਤ, ਤੇ ਸਾਨੂੰ ਤਾਂ ਆਪਣੇ ਪਤੀ ਨਾਲ ਬੋਲਣ ਦਾ ਵੀ ਹੁਕਮ ਨਹੀਂ ਤਾ ਸਾਨੂੰ ਹੈ ਬੇਟੇ। ਸਾਡੇ ਤੇ ਬਹੁਤ ਸਖਤਾਈ ਚੱਲਦੀ ਸੀ ਪਹਿਲੇ ਜ਼ਮਾਨੇ ਦੇ ਵਿੱਚ, ਜਨਾਨੀ ਤੇ ਬਹੁਤ ਸਖਤਾਈ ਚੱਲਦੀ, ਹੁਣ ਜ਼ਮਾਨਾ ਆਜ਼ਾਦ ਹੋ ਗਿਆ ਹੈ ਕਿ ਨਹੀਂ। ਬੰਦਿਆਂ ਦਾ ਸੱਸਾਂ ਦਾ ਆਪਣੇ ਪੁੱਤਾਂ ਤੇ ਕੰਟਰੋਲ ਤਾ। ਅੱਛਾ ਹਾਂ ਉਹ ਆਪਣੀ ਮਾਂ ਦੇ ਹੁਕਮ ਤੇ ਚੱਲਦੇ, ਹਾਂ ਉਹ ਮਾਂ ਤੇ ਬਿਨਾਂ ਕੋਈ ਗੱਲ ਨਹੀਂ ਤੇ ਕਰਦੇ, ਜਨਾਨੀ ਕੇ ਕੋਈ ਗੱਲ ਨਹੀਂ ਤੇ ਕਰ ਸਕਦੇ, ਜੋ ਮਾਂ ਦਾ ਹੁਕਮ ਹੁੰਦਾ ਤੇ ਸੋ ਹੀ ਕਰਦੇ। ਫਿਲਮਾਂ ਚ ਵੀ ਲਿਖ ਕੇ ਨਾਮ ਰੱਖ ਰਿਹਾ ਉਹਨਾਂ ਨੇ ਗੋਡੇ ਗੋਡੇ ਚਾਹ, ਇਹਦਾ ਮਤਲਬ ਕੀ ਹੈ? ਗੋਡੇ ਗੋਡੇ ਚਾਹ ਹੁਣ ਚੜਦਾ ਪੁੱਤ ਜਾਂ ਮੂਹਰੇ ਹੋ ਕੇ ਤੁਰਦੀਆਂ, ਜਦ ਗੋਡੇ ਗੋਡੇ ਚਾਹ ਦਾ, ਜਦ ਗੋਡੇ ਗੋਡੇ ਚਾਹ ਗਿਆ ਤਾਂ ਜਿਹੜੀਆਂ ਅੰਦਰ ਬੈਠੀਆਂ ਤੀਆਂ ਉਹਨਾਂ ਨੂੰ ਕਾਹਦਾ ਚਾਹ ਤਾ, ਹੁਣ ਹੈ ਚਾਹ ਗੋਡੇ ਗੋਡੇ ਜਿਹੜੇ ਮਰਦਾ ਤੇ ਮੂਹਰੇ ਹੋ ਕੇ ਤੁਰਦੀਆਂ, ਹਾਂ ਜਾਂ ਨਹੀਂ ਤਾਂ ਚਾਹ ਬੇਟੇ। ਬੇਬੇ ਅਸੀਂ ਦਿਖਾ ਕੇ ਲਈਏ ਫਿਲਮ ਤੁਹਾਡੇ ਨਾਲ ਚੱਲੇਗੀ ਬਾਈ? ਹੋਰ ਨੂੰ ਕਿਸੇ ਮਰਜ਼ੀ ਨਹੀਂ ਲਈ ਸਾਡੇ ਨਾਲ ਬਗ ਚੱਲੀ ਫਿਲਮ ਦੇਖਣ, ਬਸ ਫਿਰ ਉਹਨਾਂ ਨੂੰ ਕਿਸੇ ਮਰਜ਼ੀ ਲਈ ਸੀ ਤੈਨੂੰ ਲੈ ਚੱਲਾਂਗੇ ਫਿਲਮ ਦੇਖਣ। ਸ਼ੁਕਰਵਾਰ ਨੂੰ ਆਉਂਦਾ ਬੇਟੇ ਫਿਰ ਸਾਉਣ ਨੂੰ, ਮੈਂ ਉਹ ਪਹਿਲਾਂ ਹੁੰਦਾ ਤਾਂ ਬਾਹਰ ਨੇ ਛੋਟੇ ਦਿਨ ਤੇ, ਮੈਂ ਕਿਹਾ ਹੁਣ ਬੜੇ ਦਿਨ ਹੋ ਗਏ ਤੂੰ ਸ਼ੁਕਰਵਾਰ ਨੂੰ ਆ ਜਾਏਗਾ। ਅੱਛਾ ਸਤਿ ਸ਼੍ਰੀ ਅਕਾਲ, ਫਿਲਮੀ ਵਾਈਟਸ ਦੇਖ ਰਹੇ ਹੋ ਤੁਸੀਂ ਤੇ ਫਿਲਮ ਆ ਰਹੀ ਹੈ ਜੀ ਗੋਡੇ ਗੋਡੇ ਚਾਹ। ਸੋ ਉਹਦੇ ਵਿੱਚ ਟ੍ਰੇਲਰ ਤੁਸੀਂ ਨੇ ਸਾਰਿਆਂ ਨੇ ਦੇਖਿਆ ਕਿ ਬਜ਼ੁਰਗ ਮਾਤਾਵਾਂ ਜਿਹੜੀਆਂ ਅੱਜ ਦੀਆਂ, ਪਰ ਉਹਨਾਂ ਦੇ ਜਦੋਂ ਜਵਾਨ ਸਮਾਂ ਸੀਗਾ ਉਹਨਾਂ ਨੂੰ ਬਰਾਤਾਂ 'ਚ ਨਹੀਂ ਲੈ ਕੇ ਜਾਂਦਾ ਸੀ, ਜਿੰਨਾ ਨਹੀਂ ਚੜਾਇਆ ਜਾਂਦਾ ਹੁੰਦਾ ਸੀਗਾ, ਕਹਿੰਦੇ ਸੀ ਇਕੱਲੇ ਬੰਦੇ ਲੈ ਕੇ ਜਾਣੇ ਨੇ। ਪਰ ਇਸ ਚੀਜ਼ ਨੂੰ ਲੈ ਕੇ ਆਪਾਂ ਸਾਰਿਆਂ ਨੇ ਸੋਚਿਆ ਵੀ ਗੱਲ ਕੀਤੀ ਜਾਵੇ ਬੇਬਿਆਂ ਨਾਲ, ਪੁਰਾਣੇ ਬਜ਼ੁਰਗਾਂ ਨਾਲ, ਕਿ ਵਾਕਈ ਗੱਲ ਸੱਚ ਹੈ ਕਿਵੇਂ ਦਾ ਹੁੰਦਾ ਸੀ ਉਹ ਮਾਹੌਲ, ਹੈ ਨਾ। ਬੇਬੇ ਹੋਰ ਸਾਡੇ ਨਾਲ ਨੇ, ਬੇਬੇ ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਬੇਬੇ? ਹਾਂ ਠੀਕ ਹੈ ਬੇਟੇ। ਅੱਛਾ ਬੇਬੇ ਇੱਕ ਫਿਲਮ ਆਈ ਹੈ ਗੋਡੇ ਗੋਡੇ ਚਾਹ, ਉਹ 'ਚ ਨਾ ਟ੍ਰੇਲਰ ਆਇਆ ਜਿਹੜਾ ਛੋਟਾ ਜਿਹਾ ਪ੍ਰੋਮੋ ਹੁੰਦਾ ਇੱਕ, ਉਹਦੇ ਵਿੱਚ ਦਿਖਾਇਆ ਗਿਆ ਕਿ ਬੁੜੀਆਂ ਨੂੰ ਨਾ ਬਰਾਤ ਨਹੀਂ ਲੈ ਕੇ ਜਾਂਦੇ ਦੀ, ਸੱਚੀ ਲੈ ਕੇ ਜਾਂਦੇ ਦੀ? ਨਹੀਂ ਲੈ ਕੇ ਜਾਂਦੇ ਤੇ ਬੇਟੇ ਸਾਨੂੰ ਬਰਾਤ, ਤੇ ਸਾਨੂੰ ਤਾਂ ਆਪਣੇ ਪਤੀ ਨਾਲ ਬੋਲਣ ਦਾ ਵੀ ਹੁਕਮ ਨਹੀਂ ਤਾ ਸਾਨੂੰ, ਹੈ ਬੇਟੇ। ਸਾਡੇ ਤੇ ਬਹੁਤ ਸਖਤਾਈ ਚੱਲਦੀ ਸੀ ਪਹਿਲੇ ਜ਼ਮਾਨੇ ਦੇ ਵਿੱਚ, ਜਨਾਨੀ ਤੇ ਬਹੁਤ ਸਖਤਾਈ ਚੱਲਦੀ, ਹੁਣ ਜ਼ਮਾਨਾ ਆਜ਼ਾਦ ਹੋ ਗਿਆ ਹੈ ਕਿ ਨਹੀਂ। ਤੇ ਅਸੀਂ ਤਾਂ ਬੇਟੇ ਬਹੁਤ ਬਹੁਤ ਖਿਆਈ ਦਾ ਟਾਈਮ ਕੱਟਦੇ ਹਾਂ, ਤੇ ਜਨ ਤੱਕ ਹੀ ਨਾ ਲਿਜਾਣਾ ਤਾਂ ਸਾਨੂੰ ਤਾਂ ਦਰਵਾਜ਼ੇ ਖੋਲ ਕੇ ਮੂੰਹ ਕੱਢਣ ਦਾ ਬਾਹਰ ਹੁਕਮ ਨਹੀਂ ਤਾ। ਅੱਛਾ ਹੈ ਕਿ ਨਹੀਂ, ਅਸੀਂ ਸਖਤਾਈ ਦੇ ਅੰਦਰ ਰਹਿੰਦੇ ਹਾਂ, ਬੁਰਕਾ ਤਾਰ ਮੁਸਲਮਾਨ ਤਾਂ ਤਾਰਦੇ ਤੇ ਅਸੀਂ ਵੀ ਬੁਰਕਾ ਤਾਰ ਕੇ ਰੱਖਦੀਆਂ ਦੀਆਂ। ਅੱਛਾ ਆਪਣੇ ਪਤੀ ਘੰਨੀ ਹੋ ਵੀ ਤਾਰਨ ਕੇ ਰੱਖਦੀਆਂ ਦੀਆਂ। ਅੱਛਾ ਪੁਰਾਣੀਆਂ ਸੱਸਾਂ ਨਹੀਂ ਜਾਣ ਦਿੰਦੀਆਂ ਤੀਆਂ, ਬੰਦੇ ਹੀ ਨਹੀਂ ਲੈ ਕੇ ਜਾਂਦੇ ਦੀ ਬਰਾਤ? ਬੰਦਿਆਂ ਦਾ ਸੱਸਾਂ ਦਾ ਆਪਣੇ ਪੁੱਤਾਂ ਤੇ ਕੰਟਰੋਲ ਤਾ। ਅੱਛਾ ਹਾਂ ਉਹ ਆਪਣੀ ਮਾਂ ਦੇ ਹੁਕਮ ਤੇ ਚੱਲਦੇ, ਹਾਂ ਉਹ ਮਾਂ ਤੇ ਬਿਨਾਂ ਕੋਈ ਗੱਲ ਨਹੀਂ ਤੇ ਕਰਦੇ, ਜਨਾਨੀ ਕੇ ਕੋਈ ਗੱਲ ਨਹੀਂ ਤੇ ਕਰ ਸਕਦੇ, ਜੋ ਮਾਂ ਦਾ ਹੁਕਮ ਹੁੰਦਾ ਤਾਂ ਸੋ ਹੀ ਕਰਦੇ। ਅੱਛਾ ਬੇਬੇ ਤੋਂ ਤੁਸੀਂ ਨੇ ਕਦੇ ਕਿਹਾ ਨਹੀਂ ਸੀ ਉਸ ਸਮੇਂ, ਹਨਾ ਬਾਪੂ ਜੀ ਹੋਰਾਂ ਨੂੰ, ਕਿ ਮੈਂ ਬਰਾਤ ਜਾਣਾ, ਮੈਂ ਫਲਾਨੇ ਕੋਈ ਭੂਆ ਦਾ ਮੁੰਡੇ ਦੀ ਬਰਾਤ ਆ ਗਈ ਜਾਂ ਮੈਂ ਉਹਦੀ ਜੰਨ ਚੜਨਾ? ਬੇਟੇ ਬੋਲੇ ਨਹੀਂ ਤੇ ਸਕਦੇ, ਹੁਕਮ ਨਹੀਂ ਤਾਂ ਕਹਿਣ ਦਾ, ਕਹਿੰਦੇ ਤਾਂ ਜੇ ਹੁਕਮ ਹੁੰਦਾ ਕਹਿਣੇ ਦਾ, ਡਰਦੇ ਬਹੁਤੇ ਤੇ ਬਹੁਤੇ ਕੰਟਰੋਲ ਅੰਦਰ ਤੇ ਇਹੋ ਜਿਹਾ ਮਾਹੌਲ ਤਾਂ ਜ਼ਿਆਦਾ। ਕੁੱਟਦੇ ਮਾਰਦੇ ਤਾਂ ਨਹੀਂ ਬੰਦੇ? ਨਹੀਂ ਕੁੱਟਦੇ ਮਾਰਦੇ ਤੇ ਕੁੱਟਦੇ ਮਾਰਦੇ ਵੀ ਬਥੇਰੇ ਤਬੂਤ, ਜਦ ਕੋਈ ਬੋਲਣਾ ਹੀ ਨਹੀਂ ਮੂਹਰੇ ਪਏ ਨੂੰ ਤਾਂ ਸੀ ਸੱਪ ਨਹੀਂ ਖਾਂਦਾ, ਜਾਂ ਬੋਲਣ ਦਾ ਹੁਕਮ ਹੀ ਨਹੀਂ, ਜੇ ਕੋਈ ਗੱਲ ਕਹਿਤੀ ਤਾਂ ਦੇ ਡੰਡਾ ਦੇ ਤੁਖ ਸੁਣ, ਫਿਰ ਉਹ ਕਹਾ ਕੇ ਕਿਹੜਾ ਅਸੀਂ ਬੋਲਦੀਆਂ ਤੀਆਂ, ਚੁੱਪ ਰਹਿੰਦੀਆਂ ਤੀਆਂ, ਅੰਦਰ ਵੜ ਕੇ ਰੋਣ ਲੱਗ ਜੂ, ਹੋਰ ਸਾਡਾ ਜ਼ੋਰ ਨਹੀਂ ਤਾਂ ਕੋਈ। ਬੇਬੇ ਆਪਦਾ ਵਿਆਹ ਤਾਂ ਚਲੋ ਬੰਦਾ ਦੇਖ ਹੀ ਲੈਂਦਾ ਹੁੰਦਾ, ਦੂਜੇ ਵਿਆਹ 'ਚ ਜਾਣ ਤੋਂ ਬੰਦੇ ਹਰ ਕਿਸੇ ਨੂੰ ਚਾਅ ਹੁੰਦਾ, ਹੈ ਨਾ, ਜਿਵੇਂ ਹੁਣ ਤੁਹਾਨੂੰ ਜਾਣ ਨਹੀਂ ਦਿੰਦੇ ਦੀਏ, ਤਾਂ ਉੱਥੇ ਨਾ ਉਦੋਂ ਤਾਂ ਜਿਵੇਂ ਹੁਣ ਆਮ ਮਿਲ ਜਾਂਦੇ ਨੇ, ਆਹ ਕੋਕਾ ਕੋਲਾ ਜੇ ਗੋਲੀ ਵਾਲੇ ਬੱਤੇ ਬੁੱਤੇ ਜਾਂ ਆਮ ਮਿਲ ਜਾਂਦੇ ਨੇ, ਉਦੋਂ ਵਿਆਹਾਂ ਸ਼ਾਦੀਆਂ ਦੇਖਣ ਨੂੰ ਮਿਲਦੇ, ਤੁਸੀਂ ਉਹ ਪੀਤੇ ਹੋਏ ਉਹ ਸਮਾਂ ਹੰਢਾਇਆ ਕਦੇ ਕਿਸੇ ਦਾ? ਨਹੀਂ ਬੇਟੇ ਅਸੀਂ ਕਦੇ ਨਹੀਂ ਪੀਤਾ, ਉਹਦੇ ਵਿੱਚ ਹੁੰਦੀ ਤੀ ਮਹਾਂ ਦੀ ਦਾਲ ਹੁੰਦੀ ਤੀ ਤੇ ਚੌਲ ਹੁੰਦੇ ਤੇ ਖੁੱਲ ਕੇ ਬ੍ਰਾਹਮਣ ਪਕਾਉਂਦਾ ਹੁੰਦਾ, ਇਹੀ ਚੀਜ਼ ਸਾਨੂੰ ਲੱਡੂ ਦੇਸੀ ਖੰਡਾ ਹੁੰਦੀ ਤੇ ਘਰ ਦੀਆਂ ਲੱਡੂ ਜਲੇਬੀਆਂ ਘਰ ਦੇ ਹੁੰਦੇ ਤੇ ਇਹੀ ਚੀਜ਼ ਸਾਨੂੰ ਖਾਣ ਨੂੰ ਮਿਲਦੀ, ਹੋਰ ਕੋਈ ਬਰਫੀ ਜਾਂ ਕੋਈ ਚੀਜ਼ ਕਦੇ ਨਹੀਂ ਹੁੰਦੀ। ਜੇ ਸਾਡੇ ਕੋਈ ਬੇਟੀ ਦੀ ਬਰੇਤ ਆਈ ਹੈ ਉਹਦੇ ਵਿੱਚ ਦੋ ਚਾਰ ਹੋਰ ਆਈਟਮਾਂ ਬਣਦੀਆਂ। ਅੱਛਾ ਬਸ ਇੰਨਾ ਕਿ ਹੋ ਜਾਵੇ।
ਜਿਵੇਂ ਹੁਣ ਆਪਣੇ ਗੱਡੀਆਂ ਦੀਆਂ ਗੱਡੀਆਂ ਦੇਹ ਲੈ ਗੱਡੀਆਂ ਕੁੜੀਆਂ ਨੂੰ ਖਰਚੇ ਹੋ ਜਾਂਦਾ ਉਦੋਂ ਫਿਰ ਬਰਾਤ ਜਾਂਦੀ ਕਹਿ ਤੀ ਕੋਈ ਟਰੈਕਟਰ ਟਰੁਕਟਰ ਬੇਟੇ ਰਥਾਂ ਤੇ ਜਾਂਦੀ ਤੀ ਰਥ ਕਿਵੇਂ ਉਹ ਘੋੜਿਆਂ ਵਾਲੇ ਨਹੀਂ ਬੇਟੇ ਬਲਦਾਂ ਵਾਲੇ ਅੱਛਾ ਬਲਦਾਂ ਵਾਲੇ ਹਾਂ ਬਲਦਾਂ ਪਰ ਜਾਂਦੇ ਤੇ ਪੰਜ ਸੱਤ ਆਦਮੀ ਉਹਦੇ ਵਿੱਚ ਬੈਠਦੇ ਤੇ ਤੇ ਉਸੇ ਤੇ ਜਾ ਕੇ ਟਕਾਓ ਕਰਦੇ ਤੇ ਜਨ ਆਉਂਦੀ ਤੀ ਦੁਨੀਆ ਦੇਖਦੀ ਤੀ ਖੜ ਕੇ ਪੈਸਾ ਬੜਾ ਸਿੱਟਦੇ ਤੇ ਜਾਂ ਪੈਸਾ ਵੀ ਹੁਣ ਤਾਂ ਵੀ ਹੁਣ ਵੀ ਬਥੇਰਾ ਪਰ ਜਦ ਪੈਸਾ ਉਦੋਂ ਵੀ ਜ਼ਿਆਦਾ ਤਾਂ ਅੱਛਾ ਚਾਹੇ ਹੁਣ ਘੱਟ ਹੋ ਗਿਆ ਪੈਸਾ ਜਦੋਂ ਉਦੋਂ ਵੀ ਬਥੇਰਾ ਸੀ ਉਹਨਾਂ ਪੈਸਾ ਬਥੇਰਾ ਤਾਂ ਅੱਛਾ ਪਰ ਟਿਕਾਓ ਕਰਨਾ ਬੇਟੇ ਬੜੀ ਦੁਨੀਆਂ ਨੂੰ ਚਾਹੋ ਕਹਿੰਦੇ ਚਾਰ ਦਿਨ ਬਰਾਤ ਨੇ ਰਹਿਣਾ ਚੌਥੇ ਦਿਨ ਬਰਾਤ ਆਉਂਦੀ ਤੀ ਸਾਂਝ ਦੀ ਰੋਟੀ ਵੀ ਖਾਣੀ ਦੁਪਹਿਰੇ ਦੀ ਵੀ ਖਾਣੀ ਰੋਟੀ ਲੈ ਦੇਣੀ ਉਹਨਾਂ ਨੇ ਸਾਂਭਣਾ ਗਿਆ ਡੇਰੇ ਮੈਂ ਰੋਟੀ ਲੈ ਜਾਣੀ ਉੱਥੇ ਹੀ ਚਾਹ ਪਰਤਾ ਦੇਣੀ ਗਲਾਸਾਂ ਵਾ ਉੱਥੇ ਹੀ ਉਹਨਾਂ ਨੂੰ ਰੋਟੀ ਖਾ ਦੇਣੀ ਲੜਦੇ ਫਿਰ ਅੱਛਾ ਬੇਬੀ ਇੱਕ ਨਾ ਜਿਵੇਂ ਇੱਥੇ ਗੋਡੇ ਗੋਡੇ ਚਾਹ ਇਹਦਾ ਮਤਲਬ ਕੀ ਹੁੰਦਾ ਗੋਡੇ ਗੋਡੇ ਚਾਹ ਇਹ ਨੀ ਮੈਂ ਸਵਾਲ ਸਮਝੀ ਬੇਟੇ ਨਾ ਨਾ ਆਪਾਂ ਨੀ ਕਹਿੰਦੇ ਮੈਨੂੰ ਤਾਂ ਗੋਡੇ ਗੋਡੇ ਚਾਹ ਚੜ ਰਿਹਾ ਫਿਲਮਾਂ ਚ ਵੀ ਨਾਮ ਰੱਖ ਰੱਖਿਆ ਗੋਡੇ ਗੋਡੇ ਚਾਹ ਇਹਦਾ ਮਤਲਬ ਕੀ ਹੈ ਗੋਡੇ ਗੋਡੇ ਚਾਹ ਹੁਣ ਚੜਦਾ ਪੁੱਤ ਜਾਂ ਮੂਹਰੇ ਹੋ ਕੇ ਤੁਰਦੀਆਂ ਜਦ ਗੋਡੇ ਗੋਡੇ ਚਾਹ ਦਾ ਜਦ ਗੋਡੇ ਗੋਡੇ ਚਾਹ ਗਿਆ ਤਾਂ ਜਿਹੜੀਆਂ ਅੰਦਰ ਬੈਠੀਆਂ ਤੀਆਂ ਉਹਨਾਂ ਨੂੰ ਕਾਹਦਾ ਚਾਹ ਤਾਂ ਹੁਣ ਹੈ ਚਾਹ ਗੋਡੇ ਗੋਡੇ ਜਿਹੜੇ ਮਰਦਾਂ ਤੇ ਮੂਹਰੇ ਹੋ ਕੇ ਤੁਰਦੀਆਂ ਹਾਂ ਜਾਂ ਨਹੀਂ ਤਾਂ ਚਾਹ ਬੇਟੇ ਅੱਛਾ ਬੇਬੇ ਹੁਣ ਤਾਂ ਬਰਾਤ ਚੜੇ ਹੁਣ ਕਿਸੇ ਦੀ ਨਹੀਂ ਬੇਟੇ ਹੁਣ ਮੈਂ ਕਿਸੇ ਦੀ ਮੈਂ ਆਪਣੇ ਭਤੀਜੇ ਵੀ ਵਿਆਹੇ ਆਪਣੇ ਬੱਚੇ ਵੀ ਵਿਆਹੇ ਨਹੀਂ ਬੇਟੇ ਮੈਂ ਬਰਾਤ ਨਹੀਂ ਗਈ ਅੱਛਾ ਜੇ ਉੱਚੇ ਜਵਾਨ ਸਮਾਤੀ ਜਦੋਂ ਜਵਾਨੀ ਤੀ ਉਦੋਂ ਬਜ਼ੁਰਗਾਂ ਦਾ ਕਹਿਣਾ ਮੰਨਣਾ ਹਨਾ ਤੇ ਹੁਣ ਜੇ ਗੱਲ ਕਰੀਏ ਤਾਂ ਹੁਣ ਘਰ ਸਾਹਮਣੇ ਵਾਲੇ ਪਾਸੇ ਹੋ ਗਏ ਮਿਲਦਾ ਬੇਟੇ ਜੋ ਮੇਰੀ ਸੱਸ ਤੀ ਉਹ ਮੇਰੇ ਜਾਂ ਪਤੀ ਪੰਜ ਸੱਤ ਸਾਲ ਦੇ ਤੇ ਉਹ ਗੁਜ਼ਰ ਗਏ ਤੇ ਅੱਛਾ ਉਹਦੇ ਬਾਅਦ ਮੇਰਾ ਸਹੁਰਾ ਇਕੱਲਾ ਤਾਂ ਤੇ ਮੇਰੀ ਮਾਸੀ ਜੀ ਦੀ ਗਏ ਉਹਨਾਂ ਨੇ ਮੇਰੀ ਦਾਦੀ ਦਾਦਸ ਤੀ ਉਹਨੇ ਮੇਰਾ ਘਰ ਪਤੀ ਪਾਲਿਆ ਤੇ ਉਹਨਾਂ ਨੇ ਕਰਿਆ ਉਹਦੇ ਵਿੱਚ ਵੀ ਫਿਰ ਮੈਂ ਪਰਿਵਾਰ ਦੇ ਵਿੱਚ ਆ ਕੇ ਇੱਕ ਮੇਰੇ ਜੇਠ ਦਾ ਪੁੱਤ ਵੀ ਥਾ ਉਹਦੇ ਵਿੱਚ ਅਸੀਂ ਪਰਿਵਾਰ ਮੈਂ 10 ਸਾਲ ਬੜੇ ਆਰਾਮ ਤੇ ਕੱਟੇ ਉਹਦੇ ਬਾਅਦ ਬੇਟੇ ਫਿਰ ਅਸੀਂ ਅਲੱਗ ਹੋ ਗਏ ਉਹਦੇ ਬਾਅਦ ਜੋ ਜਾਇਦਾਦ ਥੀ ਮੇਰੇ ਸਹੁਰੇ ਦੀ ਉਹਨਾਂ ਨੇ ਕੋਈ ਚੀਜ਼ ਵਿਗਾੜੀ ਨਹੀਂ ਸਾਡੀ ਫਿਰ ਉਹਨਾਂ ਨੇ ਕਿਹਾ ਵੀ ਮੇਰਾ ਪਤੀ ਇਕੱਲਾ ਹੀ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਜਾਇਦਾਦ ਆ ਮੇਰੇ ਦੋ ਬੇਟੇ ਉਹ ਕਹਿੰਦੇ ਵੀ ਜਾਇਦਾਦ ਤੁਸੀਂ ਦੱਸ ਤੂੰ ਬੇਟੇ ਤੂੰ ਅਸੀਂ ਕਿਹਾ ਮੇਰੀਆਂ ਦੋ ਬੇਟੀਆਂ ਅਸੀਂ ਕਿਹਾ ਵੀ ਜਦ ਜਾਇਦਾਦ ਹੁਣ ਥਾਤੇ ਅਸੀਂ ਲੈ ਰਹੇ ਕੱਲ ਨੂੰ ਸਾਤੇ ਇਹ ਲਾਉਂਗੇ 14-14 ਸਾਲ ਦੇ ਤੇ ਬੇਟੇ ਮੈਂ ਜਦ ਉਹਨਾਂ ਦੇ ਨਾਲ ਸਾਰੀ ਜਾਇਦਾਦ ਲਵਾਤੀ ਮੇਰੇ 10 ਕਿੱਲੇ ਤੇ ਮੇਰੇ ਬੇਟਿਆਂ ਦੇ ਨਾਲ ਅੱਛਾ ਬੇਬੇ ਦਾਜ ਦੀ ਪ੍ਰਥਾ ਤਾਂ ਅੱਜ ਵੀ ਚੱਲਦੀ ਹੈ ਆਪਣੇ ਹਨਾ ਦਾਜ ਹੁਣ ਵੀ ਲੈਂਦੇ ਉਦੋਂ ਕਹਿੰਦੇ ਦਾਜ ਪਿੱਛੇ ਬਰਾਤਾਂ ਚ ਤੁਰ ਜਾਂਦੀਆਂ ਨੇ ਕਹਿੰਦੇ ਆਹ ਚੀਜ਼ ਨਹੀਂ ਦਊਂਗੇ ਤਾਂ ਅਸੀਂ ਬਰਾਤ ਛੱਡ ਜਾਂਗੇ ਹਾਂ ਛੱਡ ਜਾਂਦੇ ਤੇ ਛੱਡ ਜਾਂਦੇ ਸੱਚੀ ਛੱਡੀਆਂ ਛੱਡ ਜਾਂਦੇ ਤੇ ਬੇਟੇ ਫਿਰ ਇੰਨਾ ਕੁਝ ਟਮਟਮਾ ਹੁੰਦਾ ਸੀ ਬੇਬੇ ਉਹ ਕੀ ਕਰਕੇ ਮੈਂ ਅਗਲੇ ਦੇਖਦੇ ਸੀ ਕਿਉਂਕਿ ਅਗਲੇ ਦੀ ਇੱਜ਼ਤ ਵੀ ਜਾਂਦੀ ਸੀ ਅਗਲੇ ਦਾ ਸਮਾਨ 2-2 ਲੱਖ ਰੁਪਇਆ ਵੀ ਲੱਗਿਆ ਹੁੰਦਾ ਸੀ ਉਹ ਤਾਂ ਮੈਂ ਤਾਂ ਹਾਂ ਉਹਦੇ ਬਾਰੇ ਫਿਰ ਉਹ ਮੂਰਖ ਬੰਦਾ ਤਾਂ ਨਹੀਂ ਸੋਚਦਾ ਤਾਂ ਕਿਸੇ ਮੂਰਖ ਕੇ ਮੱਥਾ ਲੱਗ ਜਾਂਦਾ ਤਾਂ ਉਹ ਨਹੀਂ ਸੋਚਦਾ ਤਾਂ ਬੇਬੇ ਤੁਹਾਡੇ ਦਾਦ ਚ ਕੀ ਆਇਆ ਸੀਗਾ ਮੇਰੇ ਦਾਦ ਦੇ ਵਿੱਚ ਆਇਆ ਤਾਂ ਬੇਟੇ ਮੇਰੇ ਮੈਂ ਜਦ ਇਹੀ ਤਾਂ ਮੇਰੇ ਪਤੀ ਨੂੰ ਕਾਂਠਾ ਪਾਇਆ ਤਾ ਅੱਛਾ ਤੇ ਮੇਰੇ ਪਤੀ ਨੂੰ ਸਾਈਕਲ ਤਾ ਅੱਛਾ ਤੇ ਮੇਰੇ ਪਤੀ ਨੂੰ ਮੰਤਰੀ ਤੀ ਅੱਛਾ ਤੇ ਮੈਨੂੰ ਟੁੰਬਾਂ ਦੀਆਂ ਝੁੰਮਣ ਸੂਈ ਦੀ ਗਲੂਕੋਜ਼ ਝੁੰਮਣ ਸੂਈ ਕੀ ਹੁੰਦੀ ਹੈ ਉਹ ਬੇਟੇ ਇੱਕ ਪਾਸੇ ਲੱਗਦੀ ਅੱਛਾ ਇੱਕ ਪਾਸੇ ਲੱਗਦੀ ਹੈ ਅੱਛਾ ਤੇ ਬੰਦ ਚੂੜੀ ਹੁੰਦੀ ਤੀ ਬੇਟੇ ਬਾਹ ਚੂੜੀ ਕੰਢੀ ਹੁੰਦੀ ਤੀ ਉਹ ਤੋਂ ਮੈਂ 14-8 ਮਾਸਕੀਆਂ ਹੁੰਦੀਆਂ ਤੀ ਜੋ ਮੇਰੇ ਮਾਂ ਬਾਪਾ ਨੇ ਇਹਨਾਂ ਨੇ ਵੀ ਇੱਧਰ ਤੇ ਬਥੇਰਾ ਪਾਇਆ ਬੇਬੇ ਸਾਈਕਲ ਨੂੰ ਦਾਜ ਮਿਲੇ ਸਾਈਕਲ ਸੱਚੀ ਵਿੱਚ ਲਵਾ ਤਾਂ ਸ਼ਰਮ ਆਉਂਦੀ ਹੈ ਬੇਟੇ ਮੇਰੇ ਸਾਈਕਲ ਪਤੀ ਨੇ ਮੇਰੇ ਨੂੰ ਸਾਈਕਲ ਵੀ ਦਿੱਤਾ ਤੇ ਫਿਰ ਟੱਲੀ ਨਾ ਲੱਗੀ ਉਹਦੇ ਪਿੱਛੇ ਫਿਰ ਸਾਡੇ ਮੈਨੂੰ ਬਹੁਤ ਕਸੇ ਮੇਰੇ ਸਹੁਰੇ ਨੇ ਕਹਿੰਦੇ ਸਾਈਕਲ ਦੇਤਾ ਟੱਲੀ ਨਹੀਂ ਲਵਾਈ ਸਿਰਫ ਇੱਕ ਟੱਲੀ ਪਿੱਛੇ ਟੱਲੀ ਪਿੱਛੇ ਫਿਰ ਉਹਨਾਂ ਨੂੰ ਯਾਰ ਟੱਲੀ ਵੀ ਆਪਾਂ ਸਾਈਕਲ ਚਲਾਉਂਦੇ ਇੱਕ ਟਾਈਮ ਹੁਣ ਸ਼ੌਂਕ ਨੂੰ ਕਰਦੇ ਆ ਸਾਈਕਲਿੰਗ ਹਨਾ ਟੱਲੀ ਪਿੱਛੇ ਲੜਾਈ ਹੋ ਗਈ ਬੇਬੇ ਹਾਂ ਉਹ ਕਹਿੰਦੇ ਵੀ ਟੱਲੀ ਕਾਹਤੇ ਨਹੀਂ ਲਵਾਈ ਸਾਈਕਲ ਲਿਆ ਟਕੜਾ ਤਾਂ ਸਾਡੇ ਮੂਹਰ ਅੱਛਾ ਬਸ ਫਿਰ ਇਸੀ ਪਿੱਛੇ ਫਿਰ ਨਮੋਸੀ ਤਾਂ ਹੁੰਦੀ ਬੇਟੇ ਬਿਲਕੁਲ ਅੱਛਾ ਬੇਬੇ ਹੁਣ ਆ ਜਿਹੜੀ ਗੋਡੇ ਗੋਡੇ ਚਾਹ ਫਿਲਮ ਆ ਰਹੀ ਹੈ ਇਹ ਤੈਨੂੰ ਜਵਾਕ ਦਿਖਾਉਣ ਲੈ ਜਾਣਗੇ ਮੈਨੂੰ ਲੈ ਜੂਗਾ ਹਾਂ ਲੈ ਜੂਗੇ ਬੇਟੇ ਮੈਨੂੰ ਘਰ ਵੀ ਮੈਂ ਹੁਣ ਮੈਂ ਤਾਂ ਗੁਰਬਾਣੀ ਸੁਣਦੀ ਰਹਿੰਦੀ ਤੇ ਟੀਵੀ ਤੇ ਬੈਠੇ ਨੇ ਮੇਰੇ ਕਮਰੇ ਮੈਂ ਲਾਈ ਵੀ ਤੇ ਮੈਂ ਉਹਦੇ ਗੁਰਬਾਣੀ ਸੁਣਦੀ ਰਹਿੰਦੀ ਤੇ ਮੈਨੂੰ ਮੋਬਾਈਲ ਵੀ ਦਿੱਤਾ ਮੇਰੇ ਬੇਟੇ ਨੇ ਲੈ ਕੇ ਹੁਣ ਪਿੱਛੇ ਛੁੱਟੀ ਆਇਆ ਤਾਂ ਆਰਮੀ ਵਿੱਚ ਉਹ ਵੀ ਦੇ ਗਿਆ ਮੈਨੂੰ ਕਹਿੰਦਾ ਬੀਬੀ ਜਦ ਤੁਸੀਂ ਨਹੀਂ ਅਲਰਟ ਹੁੰਦੀ ਤੁਸੀਂ ਇਹਦੇ ਤੇ ਸੁਣ ਲਈ ਬੇਬੇ ਅਸੀਂ ਦਿਖਾ ਕੇ ਲਈਏ ਫਿਲਮ ਤੁਹਾਡੇ ਨਾਲ ਚੱਲੇਗੀ ਬਾਈ ਹੋਰ ਕਿਸੇ ਮਰਜ਼ੀ ਨਹੀਂ ਲਈ ਸਾਡੇ ਨਾਲ ਬਗ ਚੱਲੀ ਫਿਲਮ ਦੇਖਣ
पुरानी बुढ़िया संबंधित है सारे देखने जानी है फिल्म कह दे एक बार सारे असि तेन दिखा लवेंगे फिल्म बेटे मैं हुण हाँ नहीं कर सकती मेरे शरीर चल कोई ना सारे फिल्म देखण नूं कह दे कहिंदे फिल्म देख आइयो सारे हाँ फिल्म देख के आयो सारे चलूंगे सारे ठीक है बेबे धन्यवाद तेरा सो दोस्तों वाकई गल सच्ची है ना जिवें बेबे ने दस्सिया गोडे गोडे चा फिल्म दे विच जिवें ट्रेलर च दिखाया गया उवें शायद अपने पहला हुंदा होगा क्योंकि आपां सारेयां नूं तां समां देखिया नहीं है ना बजुर्गां दी उम्र वड्डी है तां उहनां ने देखिया वी जिवें बेबे ने कहा वी साइकल मिलण ते वी कि टल्ली ना मिलण ते सहुरे ने इक सकंजा कसी रख्या कि टल्ली नहीं लगी देखो यार किन्ना घैंट समां होऊगा ना वी कि टल्ली पिछे ਹੁਣ ਤਾਂ ਮਨ ਕਰੇ ਰੇਂਜ ਰੋਵਰ ਵੀ ਦੇ ਦੇ ਅਗਲਾ ਤਾਂ ਵੀ ਕੁੜੀ ਨੂੰ ਤਲੀ ਰੱਖਦੇ ਨੇ ਰੇਂਜ ਰੋਵਰ ਤਾਂ ਕਰੋੜਾਂ ਦੀ ਹੈ ਇਹ ਤਾਂ ਟੱਲੀਆਂ ਪਿੱਛੇ ਰੌਲਾ ਪੈ ਜਾਂਦਾ ਉਹ ਇੱਦਾਂ ਦਾ ਹੋਣਾ ਨਹੀਂ ਚਾਹੀਦਾ ਮੇਰੇ ਸਾਹਿਬ ਨਾਲ ਸੋ ਦੋਸਤੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਚੇਂਜ ਚੰਗੀਆਂ ਵੀ ਹੋਈਆਂ ਨੇ ਮਾੜੀਆਂ ਵੀ ਹੋਈਆਂ ਨੇ ਕਿਉਂਕਿ ਸਮਾਂ ਜਿਹੜਾ ਬਦਲਿਆ ਵੀ ਚੰਗਾ ਮਾੜਾ ਵੀ ਚੰਗਾ ਹੈ ਨਾ ਸੋ ਦੋਸਤੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਜੁੜੇ ਰਹੋ ਫਿਲਮੀ ਵਾਟਸ ਦੇ ਨਾਲ।